ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ ਜੀ। ਕੁਝ ਵੱਡੇ ਮੁੱਦੇ ਲੈ ਕੇ ਅਤੇ ਕੁਝ ਲੋਕਾਂ ਦੀ ਪੋਲ ਖੋਲਣ ਵਾਸਤੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋ ਚੁੱਕਿਆ। ਅਤੇ ਦੋਸਤੋ, 7-8 ਮਿੰਟ ਦੀ ਇਸ ਵੀਡੀਓ ਦੇ ਵਿੱਚ ਪੰਜਾਬ ਦਾ ਹਰ ਇੱਕ ਭਖਦਾ ਮੁੱਦਾ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ, ਚਾਹੇ ਦੋਸਤੋ ਉਹ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਿਹਾ ਹੋਵੇ ਜਾਂ ਫਿਰ ਦੋਸਤੋ ਪੰਜਾਬ ਦੀ ਕੋਈ ਆਮ ਗੱਲ ਹੋਵੇ। ਸਾਰੀਆਂ ਦੀਆਂ ਸਾਰੀਆਂ ਪਰਤਾਂ ਤੁਹਾਡੇ ਸਾਹਮਣੇ ਇੱਕ ਇੱਕ ਕਰਕੇ ਜ਼ਰੂਰ ਖੋਲ੍ਹਾਂਗੇ। ਅਤੇ ਦੋਸਤੋ, ਵੀਡੀਓ ਵੱਲ ਵੱਧਦਿਆਂ, ਪਰ ਵੀਡੀਓ ਵੱਲ ਵਧਣ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਇੱਕ ਨਿੱਕੀ ਜਿਹੀ ਰਿਕੁਐਸਟ ਹੈ ਕਿ ਦੋਸਤੋ, ਅਗਰ ਤੁਸੀਂ ਸਾਨੂੰ ਹਾਲੇ ਤੱਕ ਸਾਡੇ ਇੰਸਟਾਗ੍ਰਾਮ ਜਾਂ ਫਿਰ ਸਾਡੇ ਫੇਸਬੁੱਕ ਦੇ ਉੱਪਰ ਹਾਲੇ ਤੱਕ ਫੋਲੋ ਨਹੀਂ ਕਰਿਆ ਤਾਂ ਦੋਸਤੋ ਇੱਥੇ ਵੀ ਜ਼ਰੂਰ ਫੋਲੋ ਕਰ ਲਓ, ਕਿਉਂਕਿ ਇੱਥੇ ਵੀ ਤੁਹਾਨੂੰ ਬਹੁਤ ਸਾਰੀਆਂ ਅਪਡੇਟਸ ਮਿਲਦੀਆਂ ਰਹਿੰਦੀਆਂ ਹਨ। ਤਾਂ ਦੋਸਤੋ, ਸ਼ੁਰੂ ਕਰਦੇ ਹਾਂ ਵੀਡੀਓ। ਦੋਸਤੋ, ਅੱਜ ਹੈ ਜੀ 15 ਤਰੀਕ। 15 ਤਰੀਕ ਜਾਣੀ ਕਿ ਦੋਸਤੋ ਅੱਜ ਆਉਣਾ ਹੈ ਦੀਪ ਸਿੱਧੂ ਦੀ ਜ਼ਮਾਨਤ ਨੂੰ ਲੈ ਕੇ ਫੈਸਲਾ। ਅਤੇ ਦੋਸਤੋ, ਅੱਜ ਦੀਪ ਸਿੱਧੂ ਦੇ ਜੋ ਫੈਨ ਨੇ ਉਹਨਾਂ ਦੇ ਵਿੱਚ ਕਾਫੀ ਖੁਸ਼ੀ ਦੇਖੀ ਜਾ ਰਹੀ ਹੈ, ਕਿਉਂਕਿ ਦੋਸਤੋ ਅੱਜ ਪੱਕਾ ਕੋਈ ਨਾ ਕੋਈ ਫੈਸਲਾ ਦੀਪ ਸਿੱਧੂ ਨੂੰ ਲੈ ਕੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਅਤੇ ਦੋਸਤੋ, 90% ਚਾਂਸ ਨੇ ਕਿ ਅੱਜ ਦੀਪ ਸਿੱਧੂ ਦੀ ਜ਼ਮਾਨਤ ਹੋ ਸਕਦੀ ਹੈ। ਬਿਲਕੁਲ ਦੋਸਤੋ, ਅੱਜ ਦੀਪ ਸਿੱਧੂ ਦੀ ਜ਼ਮਾਨਤ ਨੂੰ ਲੈ ਕੇ ਕੋਈ ਨਾ ਕੋਈ ਫੈਸਲਾ ਜ਼ਰੂਰ ਆ ਸਕਦਾ ਹੈ। ਅਤੇ ਦੋਸਤੋ, ਹੋ ਸਕਦਾ ਹੈ ਕਿ ਜਦੋਂ ਤੱਕ ਤੁਸੀਂ ਇਹ ਵੀਡੀਓ ਦੇਖੋ ਉਦੋਂ ਤੱਕ ਦੀਪ ਸਿੱਧੂ ਦੀ ਬੇਲ ਨੂੰ ਲੈ ਕੇ ਕੋਈ ਨਾ ਕੋਈ ਫੈਸਲਾ ਜ਼ਰੂਰ ਆ ਰਿਹਾ ਹੋਵੇ। ਤਾਂ ਦੋਸਤੋ, ਇਸ ਨੂੰ ਲੈ ਕੇ ਅਗਰ ਕੋਈ ਹੋਰ ਵੱਡੀ ਅਪਡੇਟ ਆਵੇਗੀ ਦੋਸਤੋ, ਉਸ ਦੇ ਨਾਲ ਵੀ ਜਾਣੂ ਕਰਵਾਉਂਦੇ ਰਹਾਂਗੇ। ਪਰ ਦੋਸਤੋ, ਹੁਣ ਤੱਕ ਦੀ ਅਪਡੇਟ ਇਹੀ ਹੈ ਕਿ ਦੀਪ ਸਿੱਧੂ ਨੂੰ ਲੈ ਕੇ ਵੱਡਾ ਫੈਸਲਾ ਆਉਣ ਦੀ ਉਮੀਦ ਹੈ। ਦੋਸਤੋ, ਇਸੇ ਨੂੰ ਲੈ ਕੇ ਦੀਪ ਸਿੱਧੂ ਦੇ ਜੋ ਫੈਨ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਅਤੇ ਦੋਸਤੋ, ਇੱਕ ਅਪਡੇਟ ਤੁਹਾਨੂੰ ਹੋਰ ਦੇ ਦਈਏ। ਦੋਸਤੋ, ਇਹ ਅਪਡੇਟ ਵੀ ਦੀਪ ਸਿੱਧੂ ਦੇ ਨਾਲ ਜੁੜੀ ਹੋਈ ਹੈ। ਅਸਲ ਦੇ ਵਿੱਚ ਦੋਸਤੋ, ਪ੍ਰੋਫੈਸਰ ਮਨਜੀਤ ਸਿੰਘ ਜੋ ਕਿ ਕਿਸਾਨ ਆਗੂ ਹਨ, ਅਤੇ ਦੋਸਤੋ ਦੀਪ ਸਿੱਧੂ ਨੂੰ ਲੈ ਕੇ ਇਹਨਾਂ ਨੇ 1-2 ਦਿਨ ਪਹਿਲਾਂ ਇੱਕ ਐਸਾ ਬਿਆਨ ਦਿੱਤਾ ਸੀ ਜਿਸ ਨੂੰ ਲੈ ਕੇ ਦੋਸਤੋ ਕੱਲ੍ਹ ਇਹ ਦੀਪ ਸਿੱਧੂ ਦੇ ਚਾਹੁਣ ਵਾਲਿਆਂ ਦੇ ਨਿਸ਼ਾਨੇ ਦੇ ਉੱਪਰ ਆ ਗਏ। ਅਤੇ ਦੋਸਤੋ, ਤੁਹਾਨੂੰ ਦੱਸ ਦਈਏ ਕਿ ਪ੍ਰੋਫੈਸਰ ਮਨਜੀਤ ਸਿੰਘ ਨੂੰ ਦੀਪ ਸਿੱਧੂ ਦੇ ਫੈਨਸ ਨੇ ਘੇਰ ਲਿਆ। ਅਤੇ ਦੋਸਤੋ, ਇਹਨਾਂ ਨੂੰ ਪੁੱਛਿਆ ਕਿ ਆਖਰ ਤੁਸੀਂ ਦੀਪ ਸਿੱਧੂ ਦੇ ਲਈ ਐਸੀ ਭਾਸ਼ਾ ਦਾ ਪ੍ਰਯੋਗ ਕਿਉਂ ਕਰ ਰਹੇ ਹੋ, ਕਿਉਂਕਿ ਦੀਪ ਸਿੱਧੂ ਦਾ ਹਾਲੇ ਜੇਲ੍ਹ ਦੇ ਵਿੱਚ ਹੈ, ਤੁਸੀਂ ਜੇਲ੍ਹ ਦੇ ਵਿੱਚ ਹੁੰਦੇ ਹੋਏ ਵੀ ਉਸ ਦੇ ਖਿਲਾਫ ਬਿਆਨਬਾਜ਼ੀ ਕਰਨ ਤੋਂ ਨਹੀਂ ਰੁਕ ਰਹੇ। ਅਤੇ ਦੋਸਤੋ, ਇਸ ਨੂੰ ਲੈ ਕੇ ਇੱਕ ਬੇਤੁਕਾ ਬਿਆਨ ਪ੍ਰੋਫੈਸਰ ਮਨਜੀਤ ਸਿੰਘ ਨੇ ਦਿੱਤਾ। ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਅਗਰ ਤੁਹਾਨੂੰ ਇੱਦਾਂ ਲੱਗ ਰਿਹਾ ਹੈ ਕਿ ਦੀਪ ਸਿੱਧੂ ਜੇਲ੍ਹ ਦੇ ਵਿੱਚ ਹੈ, ਅਗਰ ਤੁਸੀਂ ਕਹੋ ਤਾਂ ਲੱਖੇ ਸਿਧਾਣੇ ਨੂੰ ਵੀ ਜੇਲ੍ਹ ਦੇ ਵਿੱਚ ਭੇਜ ਦਿੰਦੇ ਹਾਂ। ਬਿਲਕੁਲ ਦੋਸਤੋ, ਪ੍ਰੋਫੈਸਰ ਮਨਜੀਤ ਸਿੰਘ ਨੇ ਕੁਝ ਇਸ ਤਰ੍ਹਾਂ ਦਾ ਹੀ ਬੇਤੁਕਾ ਬਿਆਨ ਦਿੱਤਾ ਜਿਸ ਨੂੰ ਲੈ ਕੇ ਦੋਸਤੋ ਪ੍ਰੋਫੈਸਰ ਮਨਜੀਤ ਸਿੰਘ ਅਤੇ ਨੌਜਵਾਨਾਂ ਦੇ ਵਿੱਚ ਕਾਫੀ ਸਮਾਂ ਬਹਿਸ ਬਸਾਈ ਵੀ ਚੱਲਦੀ ਰਹੀ। ਅਤੇ ਦੋਸਤੋ, ਇਹਨਾਂ ਨੌਜਵਾਨਾਂ ਤੋਂ ਪ੍ਰੋਫੈਸਰ ਮਨਜੀਤ ਸਿੰਘ ਨੂੰ ਆਪਣਾ ਪਿੱਛਾ ਛੁਡਾਉਣਾ ਮੁਸ਼ਕਲ ਹੋ ਗਿਆ। ਅਤੇ ਦੋਸਤੋ, ਇਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਖਹਿੜਾ ਛੁਡਵਾਇਆ ਇਹਨਾਂ ਨੌਜਵਾਨਾਂ ਤੋਂ। ਦੋਸਤੋ, ਇੱਕ ਤਰ੍ਹਾਂ ਦੀ ਮਾਫੀ ਹੀ ਇਹਨਾਂ ਨੇ ਇਹਨਾਂ ਨੌਜਵਾਨਾਂ ਤੋਂ ਮੰਗ ਲਈ ਸੀ। ਇਹ ਜਿਹੜੇ ਭੈੜੇ ਭੈੜੇ ਕੋਲ ਬਗੋਲ ਕਰਦੇ ਨੇ, ਕੌਣ ਨੇ ਇਹ ਲੀਡਰ? ਇਹਨਾਂ ਨੂੰ ਕਿਹਨੇ ਬਣਾਇਆ? ਤੁਸੀਂ, ਅਸੀਂ ਕੀ ਗੱਲ, ਅਸੀਂ ਇਹਨਾਂ ਨੂੰ ਜੁੱਤੀਆਂ ਖਾਣ ਲਈ ਬਣਾਇਆ? ਭਲਿਓ ਲੋਕੋ, ਜਾਗਣਾ ਪੈਣਾ ਹਰ ਇੱਕ ਦੇ ਮਨ ਦੇ ਵਿੱਚ, ਜਾਗਰਤੀ ਹੋਣੀ ਚਾਹੀਦੀ ਹੈ, ਤਾਂ ਜਾ ਕੇ ਆਪਾਂ ਜਿੱਤਾਂਗੇ। ਸੰਗਤ ਨੇ ਅੰਦੋਲਨ ਜਿੱਤਣਾ ਲੀਡਰਾਂ ਲੂਡਰਾਂ। ਖੈਰ ਦੋਸਤੋ, ਇਹ ਤਾਂ ਹੋ ਗਈ ਦੀਪ ਸਿੱਧੂ ਦੀ ਗੱਲ। ਅਤੇ ਦੋਸਤੋ, ਹੁਣ ਆਪਾਂ ਵੱਧਦੇ ਹਾਂ ਆਪਣੀ ਅਗਲੀ ਅਪਡੇਟ ਦੇ ਵੱਲ। ਅਤੇ ਦੋਸਤੋ, ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਦੋਸਤੋ, ਅਸਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਇੱਕ ਮਿਸਤਰੀ ਬਾਥਰੂਮ ਬਣਾਉਂਦੇ ਸਮੇਂ ਉਸ ਦੇ ਵਿੱਚ ਦਰਵਾਜ਼ਾ ਰੱਖਣੋਂ ਭੁੱਲ ਗਿਆ ਅਤੇ ਉਸ ਨੇ ਚੰਗਾਠ ਵੀ ਇਸ ਦੇ ਵਿੱਚ ਨਹੀਂ ਲਗਾਈ। ਅਤੇ ਦੋਸਤੋ, ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੁੰਦੀ ਰਹੀ। ਦੋਸਤੋ, ਪਹਿਲਾਂ ਇਹ ਵੀਡੀਓ ਦੇਖ ਲੈਂਦੇ ਹਾਂ, ਫਿਰ ਇਸ ਨੂੰ ਲੈ ਕੇ ਅੱਗੇ ਗੱਲ ਕਰਦੇ ਹਾਂ ਕਿ ਇਸ ਨੂੰ ਲੈ ਕੇ ਆਖਰ ਹੁਣ ਹੋਰ ਕੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ। ਤਰੀ ਤੇ ਉਹ ਆ ਚਗਾਹ ਤਾਂ ਪਈ ਆ ਤੇ ਤੂੰ ਇਹ ਦਰਲਾਈ ਨਾ ਉਹ, ਇਹ ਤਾਂ ਚੱਲ ਮੰਨ ਲਿਆ ਬਾਥਰੂਮ ਦੀ ਲੱਗ ਗਈ ਤੇ ਇੱਧਰ ਜਿਹੜੀ ਪਰਲੇ ਪਾਸੇ ਟੋਇਲਟ ਬਣਾਈ ਜਾਂਦਾ ਇਹਦੀ, ਇਹਦਾ ਬਾਹਰ ਕਿੱਥੇ ਆ? ਤੇ ਹੋਰ ਇੱਥੇ ਹੀ ਲਾਉਣੀ ਸੀ, ਹੋਰ ਕਿੱਥੇ ਲਾਉਣੀ ਸੀ? ਹਾਂ ਦੇਖ ਲਓ ਯਾਰ, ਸਾਡਾ ਮਿਸਤਰੀ ਆਹ ਪਈ ਚਗਾਠ ਇੱਥੇ ਦੇ ਬਰਾਬਰ ਲਾਉਣੀ ਸੀ ਤੇ ਚਗਾਠ ਲਾਈ। ਦੋਸਤੋ, ਇਹ ਵੀਡੀਓ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੁੰਦੀ ਰਹੀ। ਅਤੇ ਦੋਸਤੋ, ਹਰ ਕੋਈ ਛੋਟਾ ਵੱਡਾ ਇਸ ਮਿਸਤਰੀ ਨੂੰ ਜਾਂ ਫਿਰ ਇੱਦਾਂ ਕਹਿ ਲਓ ਕਿ ਇਸ ਬੇਵਕੂਫ ਮਿਸਤਰੀ ਨੂੰ ਕੋਸਦਾ ਰਿਹਾ ਕਿ ਆਖਰ ਕਿਸ ਤਰ੍ਹਾਂ ਦਾ ਮਿਸਤਰੀ ਹੈ ਨਸ਼ੇ ਦੀ ਬਾਧ ਘਾਟ ਦੇ ਵਿੱਚ ਜੋ ਕਿ ਅਜਿਹਾ ਕੰਮ ਕਰ ਗਿਆ ਅਤੇ ਇਹ ਚਗਾਠ ਲਾਉਣੀ ਹੀ ਭੁੱਲ ਗਿਆ। ਪਰ ਦੋਸਤੋ, ਇਸ ਮਾਮਲੇ ਨੂੰ ਲੈ ਕੇ ਇੱਕ ਅਪਡੇਟ ਉਸ ਸਮੇਂ ਵਾਇਰਲ ਹੋਈ ਜਦੋਂ ਇੱਕ ਟਰੋਫੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਜਦੋਂ ਘਰ ਦਾ ਮਾਲਕ ਮਿਸਤਰੀ ਨੂੰ ਇੱਕ ਟਰੋਫੀ ਇਨਾਮ ਦੇ ਵਜੋਂ ਦੇ ਰਿਹਾ ਸੀ ਅਤੇ ਇਸ ਦੇ ਉੱਪਰ ਜੋ ਲਿਖਿਆ ਹੋਇਆ ਸੀ ਉਹ ਵੀ ਤੁਸੀਂ ਆਪ ਹੀ ਦੇਖ ਲਓ। ਚਗਾਠ ਲਾਉਣੀ ਭੁੱਲਣ ਤੇ ਵਿਸ਼ੇਸ਼ ਸਨਮਾਨ, ਬਿਲਕੁਲ ਕੁਝ ਇਸ ਤਰ੍ਹਾਂ ਦੀ ਗੱਲ ਇਸ ਟਰੋਫੀ ਦੇ ਉੱਪਰ ਲਿਖੀ ਗਈ ਹੈ। ਦੋਸਤੋ, ਇਹ ਟਰੋਫੀ ਆਪਾਂ ਆਮ ਤੌਰ 'ਤੇ ਦੇਖਿਆ ਹੋਵੇਗਾ ਕਿ ਜਦੋਂ ਕੋਈ ਖਿਡਾਰੀ ਜਿੱਤਦਾ ਹੈ ਉਸ ਨੂੰ ਦਿੱਤੀ ਜਾਂਦੀ ਹੈ ਜਾਂ ਫਿਰ ਦੋਸਤੋ
ਜਦੋਂ ਕਿਸੇ ਨੂੰ ਕੋਈ ਪ੍ਰੋਗਰਾਮ ਵਗੈਰਾ ਦੇ ਇਨਾਮ ਦਿੰਦੇ ਆ ਤਾਂ ਦੋਸਤੋ ਉਸ ਨੂੰ ਸਨਮਾਨ ਦੇ ਵਜੋਂ ਦਿੱਤੀ ਜਾਂਦੀ ਹੈ ਅਤੇ ਇਹ ਟਰਾਫੀ ਇਸ ਮਿਸਤਰੀ ਨੂੰ ਦਿੱਤੀ ਗਈ। ਅਤੇ ਦੋਸਤੋ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਹੁਣ ਇੱਕ ਹੋਰ ਵੱਡਾ ਮੋੜ ਆ ਗਿਆ ਦੋਸਤੋ। ਵੱਡਾ ਮੋੜ ਇਹ ਆਇਆ, ਅਸਲ ਦੇ ਵਿੱਚ ਇਹ ਜੋ ਵੀਡੀਓ ਤੁਸੀਂ ਨੇ ਦੇਖੀ ਅਤੇ ਸੋਸ਼ਲ ਮੀਡੀਆ ਦੇ ਉੱਪਰ ਹਰ ਕੋਈ ਇਸ ਨੂੰ ਬੜੇ ਨਜ਼ਾਰੇ ਲੈ ਕੇ ਦੇਖਦਾ ਰਿਹਾ ਅਤੇ ਅੱਗੇ ਸ਼ੇਅਰ ਵੀ ਕਰਦਾ ਰਿਹਾ। ਦੋਸਤੋ ਇਹ ਵੀਡੀਓ ਬਿਲਕੁਲ ਫੇਕ ਹੈ ਅਤੇ ਜਾਣਬੁੱਝ ਕੇ ਬਣਾਈ ਗਈ ਹੈ। ਅਸਲ ਵਿੱਚ ਦੋਸਤੋ ਜਿਹੜਾ ਇਸ ਵੀਡੀਓ ਦੇ ਵਿੱਚ ਮਿਸਤਰੀ ਦਿਖ ਰਿਹਾ ਹੈ ਉਹ ਮਿਸਤਰੀ ਹੈ ਹੀ ਨਹੀਂ, ਉਹ ਮਿਸਤਰੀ ਵੀ ਝੂਠਾ ਹੈ ਕਿਉਂਕਿ ਦੋਸਤੋ ਉਹ ਸਿਰਫ ਇੱਕ ਮਜ਼ਦੂਰ ਹੈ ਅਤੇ ਘਰ ਦੇ ਮਾਲਕ ਨੇ ਦੱਸਿਆ ਕਿ ਸਾਡੇ ਏਰੀਏ ਦੇ ਵਿੱਚ ਨਸ਼ਾ ਵਗੈਰਾ ਬਹੁਤ ਵਿਕਦਾ ਹੈ ਅਤੇ ਅਸੀਂ ਨੇ ਇਸ ਵਿਅੰਗ ਕਸ ਦੀ ਵੀਡੀਓ ਨੂੰ ਨਸ਼ਾ ਰੋਕਣ ਦੇ ਲਈ ਬਣਾਇਆ ਹੈ ਤਾਂ ਕਿ ਆਮ ਲੋਕਾਂ ਦੇ ਵਿੱਚ ਥੋੜ੍ਹੀ ਬਹੁਤ ਸੂਝ ਬੂਝ ਆ ਸਕੇ। ਉਹਦਾ ਟੋਇਲਟ ਦਾ ਬਾਰ ਜਿਹੜਾ ਉਹ ਬਾਹਰ ਕੱਢਣਾ ਸੀਗਾ ਤੇ ਬਾਥਰੂਮ ਆ ਜਿਹੜਾ ਉਹ ਕਮਰੇ ਨਾਲ ਅਟੈਚ ਬਣਾਇਆ ਸੀ। ਸਿਰਫ ਅਸੀਂ ਇੱਕ ਵਿਅੰਗ ਨਹੀਂ, ਜੇ ਜਿਸ ਤਰ੍ਹਾਂ ਕੋਈ ਕਿਸੇ 'ਤੇ ਵਿਅੰਗ ਕੱਸਦਾ, ਨਸ਼ਿਆਂ 'ਤੇ ਵਿਅੰਗ ਕੱਸਣ ਲਈ ਉਹ ਵੀਡੀਓ ਬਣਾਈ ਸੀ ਅਤੇ ਉਹ ਵਾਇਰਲ ਕੀਤੀ ਸੀ। ਤਾਂ ਦੋਸਤੋ ਇਹ ਸੀ ਇਸ ਮਾਮਲੇ ਦਾ ਪੂਰਾ ਸੱਚ। ਅਤੇ ਦੋਸਤੋ ਇਸ ਦੇ ਉੱਪਰ ਇੱਕ ਗੱਲ ਢੁੱਕਦੀ ਹੈ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਅਤੇ ਦੋਸਤੋ ਹਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਵੀਡੀਓ ਸੱਚੀ ਨਹੀਂ ਹੁੰਦੀ। ਦੋਸਤੋ ਪਹਿਲਾਂ ਹਰ ਇੱਕ ਵੀਡੀਓ ਦੀ ਸੱਚਾਈ ਪਰਖਣੀ ਚਾਹੀਦੀ ਹੈ, ਇਸੇ ਕਰਕੇ ਕਹਿੰਦੇ ਹਾਂ ਕਿ ਉਸ ਨੂੰ ਫਿਰ ਅੱਗੇ ਵਾਇਰਲ ਕਰਨਾ ਚਾਹੀਦਾ ਹੈ। ਖੈਰ ਦੋਸਤੋ ਇਸ ਮਾਮਲੇ ਦੇ ਵਿੱਚ ਤਾਂ ਅਗਰ ਇਹ ਵੀਡੀਓ ਵਾਇਰਲ ਹੋਈ ਹੈ ਤਾਂ ਇੱਕ ਸਹੀ ਮੁੱਦੇ ਨੂੰ ਲੈ ਕੇ ਵਾਇਰਲ ਹੋਈ ਹੈ, ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵਾਇਰਲ ਹੋਈ ਹੈ। ਪਰ ਦੋਸਤੋ ਬਹੁਤ ਮੌਕਿਆਂ ਦੇ ਉੱਪਰ ਦੇਖਿਆ ਜਾਂਦਾ ਹੈ ਕਿ ਗਲਤ ਤਰੀਕੇ ਨਾਲ ਕੁਝ ਵੀਡੀਓਜ਼ ਵਾਇਰਲ ਹੁੰਦੀਆਂ ਨੇ ਅਤੇ ਦੋਸਤੋ ਉਹ ਕਈ ਵਾਰ ਆਪਣਾ ਗਲਤ ਪ੍ਰਭਾਵ ਛੱਡ ਜਾਂਦੀਆਂ। ਦੋਸਤੋ ਆਪਾਂ ਆਪਣੀ ਅਗਲੀ ਅਪਡੇਟ ਵੱਲ ਵੱਧਦੇ ਹਾਂ। ਦੋਸਤੋ ਇਹ ਅਪਡੇਟ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚੋਂ ਹੈ ਅਤੇ ਦੋਸਤੋ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਮਿਊਜ਼ਿਕ ਇੰਡਸਟਰੀ ਦੇ ਨਾਟਗਿਆਰਾਂ ਅਤੇ ਨਾਲ ਹੀ ਕਿਸਾਨਾਂ ਦੇ ਨਾਟਗਿਆਰਾਂ ਕਹਿਣ ਤੋਂ ਭਾਵ ਭਾਨਾ ਸਿੱਧੂ ਦੀ। ਦੋਸਤੋ ਸਿੱਧੂ ਮੂਸੇਵਾਲੇ ਦੇ ਜਿੰਨੇ ਵੀ ਚਾਹੁਣ ਵਾਲੇ ਹਨ ਸਾਰਿਆਂ ਵੱਲੋਂ ਇਹ ਵੇਟ ਕਰੀ ਜਾ ਰਹੀ ਹੈ ਕਿ ਆਖਰ ਸਿੱਧੂ ਮੂਸੇਵਾਲੇ ਦੀ ਜੋ 25 ਗੀਤਾਂ ਦੀ ਐਲਬਮ ਹੈ ਉਹ ਕਦੋਂ ਕ ਆਵੇਗੀ। ਦੋਸਤੋ ਅਗਰ ਆਪਾਂ ਕਹੀਏ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਚਾਹੁਣ ਵਾਲੇ ਹਨ ਉਹ ਵੇਟ ਕਰ ਕਰਕੇ ਥੱਕ ਚੁੱਕੇ ਹਨ ਅਤੇ ਪੁੱਛ ਪੁੱਛ ਕੇ ਵੀ ਅੱਕ ਚੁੱਕੇ ਹਨ ਕਿ ਆਖਰ ਸਿੱਧੂ ਮੂਸੇਵਾਲੇ ਦੀ ਨਵੀਂ ਐਲਬਮ ਕਦੋਂ ਰਿਲੀਜ਼ ਹੋ ਰਹੀ ਹੈ। ਪਰ ਦੋਸਤੋ ਹੁਣ ਤੁਹਾਨੂੰ ਇੱਕ ਖੁਸ਼ਖਬਰੀ ਦੇ ਦਈਏ, ਜਿਹੜੇ ਵੀ ਸਿੱਧੂ ਮੂਸੇਵਾਲੇ ਦੇ ਚਾਹੁਣ ਵਾਲੇ ਹਨ ਕਿ ਇਹ ਐਲਬਮ ਕਿਸੇ ਟਾਈਮ ਵੀ ਰਿਲੀਜ਼ ਹੋ ਸਕਦੀ ਹੈ। ਅਤੇ ਦੋਸਤੋ ਭਾਨਾ ਸਿੱਧੂ ਰਾਤ ਸਿੱਧੂ ਮੂਸੇਵਾਲੇ ਦੇ ਨਾਲ ਵੀਡੀਓ ਕਾਲ ਦੇ ਰਾਹੀਂ ਗੱਲ ਕਰ ਰਹੇ ਸੀ। ਤੁਹਾਨੂੰ ਤਾਂ ਪਤਾ ਹੈ ਭਾਨਾ ਸਿੱਧੂ ਅਤੇ ਸਿੱਧੂ ਮੂਸੇਵਾਲੇ ਦੇ ਵਿੱਚ ਜੋ ਮਿੱਤਰਤਾ ਹੈ ਉਹ ਕਿਸੇ ਤੋਂ ਛੁਪੀ ਨਹੀਂ ਹੈ। ਅਤੇ ਦੋਸਤੋ ਸਿੱਧੂ ਮੂਸੇਵਾਲਾ ਇੰਨੀ ਦਿਨੀ UK ਦੇ ਵਿੱਚ ਹਨ ਅਤੇ ਭਾਨਾ ਸਿੱਧੂ ਨੇ ਉਹਨਾਂ ਨੂੰ ਵੀਡੀਓ ਕਾਲ ਲਗਾਈ ਅਤੇ ਦੋਸਤੋ ਜਦੋਂ ਭਾਨਾ ਸਿੱਧੂ ਨੇ ਵੀਡੀਓ ਕਾਲ ਲਗਾਈ ਉਸਦਾ ਇੱਕ ਸਕਰੀਨਸ਼ਾਟ ਲੈ ਕੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤਾ। ਅਤੇ ਦੋਸਤੋ ਇਸ ਦੇ ਉੱਪਰ ਭਾਨਾ ਸਿੱਧੂ ਨੂੰ ਲਿਖਿਆ ਹੋਇਆ ਸੀ ਕਿ ਇਕੱਠੇ ਬੱਚੇ ਅੰਦਰ ਕਰ ਲਓ, ਅਸੀਂ ਆਪਣਾ ਝੋਟਾ ਖੋਲ੍ਹਣ ਲੱਗਿਆ। ਦੋਸਤੋ ਸਿੱਧਾ ਸਿੱਧਾ ਭਾਨੇ ਸਿੱਧੂ ਦੀ ਗੱਲ ਦਾ ਮਤਲਬ ਇਹੀ ਨਿਕਲਦਾ ਹੈ ਕਿ ਸਿੱਧੂ ਮੂਸੇਵਾਲੇ ਦੀ ਜੋ ਐਲਬਮ ਹੈ ਉਹ ਰਿਲੀਜ਼ ਹੋਣ ਲਈ ਤਿਆਰ ਹੈ ਅਤੇ ਕਿਸੇ ਸਮੇਂ ਵੀ ਰਿਲੀਜ਼ ਹੋ ਸਕਦੀ ਹੈ। ਵੈਸੇ ਵੀ ਦੋਸਤੋ ਅੰਦਰਲੀ ਗੱਲ ਇਹੀ ਹੈ ਕਿ ਸਿੱਧੂ ਮੂਸੇਵਾਲੇ ਦੀ ਜੋ ਐਲਬਮ ਹੈ ਕਿਸੇ ਸਮੇਂ ਵੀ ਰਿਲੀਜ਼ ਹੋ ਸਕਦੀ ਹੈ। ਤਾਂ ਦੋਸਤੋ ਇਹ ਸੀ ਇਸ ਸਮੇਂ ਦੀਆਂ ਕੁਝ ਖਾਸ ਅਪਡੇਟਸ। ਅਤੇ ਦੋਸਤੋ ਜਦੋਂ ਵੀ ਕੋਈ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਉਸੇ ਸਮੇਂ ਹੀ ਹਾਜ਼ਰ ਹੋ ਜਾਵਾਂਗੇ। ਦੋਸਤੋ ਤਦ ਤੱਕ ਲਈ ਧੰਨਵਾਦ, ਰੱਬ ਰਾਖਾ, ਜਲਦ ਮਿਲਦੇ ਹਾਂ।